بسم اللہ الرحمن الرحیم السلام علیکم بھائی تسی اپنا سرکیاں چینل تے میں تہاڈا میزبان دشان
ਕੱਲ ਦੀ ਮਾਈਟ ਹੋਈ ਹੈ ਠੀਕ ਹੈ ਠੀਕ ਹੈ ਜੀ ਬਲਾਲ ਬੁਖਾਰ ਛੱਡਦਾ ਹੈ ਜੀ ਬਿਲਕੁਲ ਬਾਕੀ ਇਨਸ਼ਾਅੱਲਾ ਤਾਲਾ ਜਿਸ ਤਰ੍ਹਾਂ ਦਾ ਥਾਣ ਸੋਹਣਾ ਸੋਹਣਾ ਮਾਸ਼ਾਅੱਲਾ ਹਾਂਜੀ ਸਵਾ ਵੀ ਇਸ ਤਰ੍ਹਾਂ ਦੇ ਭਾਈ ਸਾਹਿਬ ਮੋਢੀ ਦੇ ਗੋਲ ਲੋ ਜੀ ਝੋਟੀ ਦੀ ਜਨਾਬ ਚਵਾਈ ਹੈ ਰੁਗ ਰੁਗ ਦਾ ਜਿਹੜਾ ਹੈ ਨਾ ਇਹ ਝੋਟੀ ਨੂੰ ਜਨਾਬ ਖਾਣ ਲੱਗਿਆ ਤੇ ਅਲਹਮਦੁਲਿਲਾ ਮਿਹਨਤ ਜਨਾਬ ਮਲਿਕ ਸਾਹਿਬ ਦੀ ਹੈ ਕਿ ਮਿਹਨਤ ਕਰਕੇ ਜਿਹੜਾ ਹੈ ਨਾ ਇਹ ਭਰਾਵਾਂ ਵਾਸਤੇ ਅਨਮੋਲ ਤੋਹਫਾ ਜਨਾਬ ਭਰਾਵਾਂ ਵਾਸਤੇ ਕੱਢ ਕੇ ਲਿਆਂਦਾ ਜਿਸ ਭਰਾ ਦੇ ਨਸੀਬਾਂ ਵਿੱਚ ਹੋਇਆ ਨਾ ਉਹਨਾਂ ਲੈ ਜਾਣਾ ਇਹੀ ਹੈ ਨਾ ਕੱਟੀ ਇਹਦੇ ਮਲਿਕ ਸਾਹਿਬ ਇਹ ਕੱਟਾ ਠੀਕ ਹੋ ਗਿਆ ਬੱਚਾ ਮਗਰ ਇਹਦੇ ਜਨਾਬ ਕੱਟਾ ਔਰ ਕੱਲੇ ਦੀ ਜਿਹੜਾ ਹੈ ਨਾ ਇਹ ਝੋਟੀ ਸੋਈ ਹੈ ਮਲਿਕ ਸਾਹਿਬ ਹੁਣ ਤੱਕ ਇਸ ਝੋਟੀ ਦੀਆਂ ਕਿੰਨੀਆਂ ਚਵਾਈਆਂ ਕੀਤੀਆਂ ਨੇ ਭਾਈ ਸ਼ਾਨ ਦੋ ਹੀ ਚਵਾਈਆਂ ਹੋਈਆਂ ਨੇ ਠੀਕ ਹੈ ਜੀ ਤੇ ਬਾਕੀ ਜਨਾਬ ਅੱਗੋਂ ਤ੍ਰੀਜੀ ਚਵਾਈ ਹੁਣ ਹੋਣੀ ਸਰ ਵੀਡੀਓ ਤੋਂ ਠੀਕ ਹੋ ਗਿਆ ਚਲੋ ਜੀ ਇੱਕ ਬੋਲੀ ਤੇ ਦੂਸਰਾ ਬੋਲਾ ਦੋ ਚਵਾਈਆਂ ਜਨਾਬ ਇਸ ਝੋਟੀ ਦੀਆਂ ਹੋਈਆਂ ਨੇ ਤੀਸਰੀ ਚਵਾਈ ਜਿਹੜੀ ਜੇ ਨਾ ਉਹ ਵੀਡੀਓ ਤੋਂ ਬਾਅਦ ਜਨਾਬ ਇਸ ਝੋਟੀ ਦੀ ਕਰਨੀ ਹੈ ਪੂਛਲੀ ਬਰੀਕ ਹੋਵੇਗੀ ਖਣ ਮਾਸ਼ਾਅੱਲਾ ਮੁੱਠ ਮੁੱਠ ਹੋਵੇਗਾ ਲਿਬਾਸ ਜਿਹੜਾ ਹੈ ਨਾ ਇਹ ਝੋਟੀ ਦਾ ਜਨਾਬ ਲਕੀਰ ਵਾਲਾ ਬਰੀਕ ਲੱਤ ਹੋਵੇਗੀ ਸ਼ਾਨ ਲਿਬਾਸ ਮਾਈ ਦਾ ਅੱਜ ਕੋਈ ਨਹੀਂ ਹੈ ਵੀ ਠੀਕ ਹੈ ਜੀ ਅੱਜ ਝੂਠੀਆਂ ਗੱਲਾਂ ਨੇ ਇਹਦਾ ਸਾਰਾ ਕੁਝ ਮੈਂ ਦੇਖੇ ਹੈ ਠੀਕ ਹੈ ਇਹਦੀ ਜਿਵੇਂ ਬੋਲੀ ਕੱਢੀ ਹੈ ਨਾ ਮਾਈ ਦੀ ਜੀ ਉਹ ਵੀਡੀਓ ਵੀ ਮੇਰੇ ਕੋਲ ਮੌਜੂਦ ਹੈ ਵੈਰੀ ਗੁੱਡ ਜੀ ਉਸ ਵੇਲੇ ਮਾਈ ਜਿਹੜੀ ਬਣੀ ਹੈ ਨਾ ਜੀ ਭਾਈ ਜੀ ਸ਼ਾਨ ਉੱਠ ਨੂੰ ਬੈਣ ਮਾਈ ਤਾਂ ਦੇ ਜੀ ਮਾਸ਼ਾਅੱਲਾ ਜਨਾਬ ਇੰਨੀ ਬਣੀ ਹੈ ਜੀ ਚਲੋ ਕਿਸੇ ਵੀ ਭਰਾ ਨੂੰ ਚਾਹੀਦੀ ਹੋਵੇ ਨਾ ਉਹ ਪਰਸਨਲ WhatsApp ਤੇ ਮੰਗਾ ਲਏਗਾ ਜੀ ਅਸੀਂ ਧਿਆਨ ਦੇ ਇਨਸ਼ਾਅੱਲਾ ਜੀ ਠੀਕ ਹੋ ਗਿਆ ਲੋ ਜੀ ਮਲਿਕ ਸਾਹਿਬ ਦੀ ਗ੍ਰੇਟ ਹੋਣ ਤੀਸਰੀ ਚਵਾਈ ਜਿਹੜਾ ਹੈ ਨਾ ਹਾਜ਼ਰ ਕੀ ਕੋ ਬੋਲਾ ਝੋਟੀ ਕੋਲਿਆ ਹੈ ਭਾਈ ਜੀ ਸ਼ਾਨ ਪਤਾ ਕਿ ਇੱਥੇ ਪੱਕਾ ਦੁੱਧ ਤੇ ਨਹੀਂ ਦੱਸਣ ਹੁੰਦਾ ਜੀ ਬਿਲਕੁਲ ਠੀਕ ਹੈ ਇਹ ਤੀਸਰੀ ਚਵਾਈ ਮਾਈ ਦੀ ਹੁਣ ਹੋਣੀ ਹੈ ਠੀਕ ਹੈ ਠੀਕ ਹੈ ਲੇਕਿਨ ਮੱਝ ਦੇਖ ਕੇ ਭਰਾ ਦੱਸਣ ਦੇ ਕਿ 10-12 ਸੇਰੀ ਤੇ ਹੈ ਨਹੀਂ ਇਹਦੇ ਨਾਲ ਤਲਕ ਨਹੀਂ ਹੈ ਠੀਕ ਹੋ ਗਿਆ ਜੀ ਲੇਕਿਨ ਇਨਸ਼ਾਅੱਲਾ ਤਾਲਾ ਅੱਲਾ ਦਾ ਹੁਕਮ ਹੋਇਆ ਨਾ ਤੇ ਮੱਝ ਭਾਈ ਸ਼ਾਨ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਦੁੱਧ 15-16 ਸੇਰ ਨਹੀਂ ਛੱਡਦੀ ਇਹ ਇੰਜ ਲਿਆਉਣੇ ਨੇ ਜੋ ਨਲਕੇ ਤੋਂ ਗੇੜ ਕੇ ਲਿਆਉਂਦੇ ਇਸੇ ਤਰ੍ਹਾਂ ਹੀ ਮਾਸ਼ਾਅੱਲਾ ਜਨਾਬ ਜਿਹੜੀ ਇਸ ਮੱਝੀ ਦੀ ਨਸਲ ਹੈ ਔਰ ਜਿਹੜਾ ਇਸ ਮੱਝੀ ਨੂੰ ਜਨਾਬ ਹਣ ਲੱਗੇ ਆ ਲੋ ਜੀ ਮਲਿਕ ਸਾਹਿਬ ਦੀ ਗ੍ਰੇਟ ਹੁਣ ਇੱਕ ਨੰਬਰ ਵਾਲੀ ਝੋਟੀ ਤੇ ਬਿਸਮਿਲਲਾ ਪੜ ਕੇ ਕਰਨਾ ਖੜਾ ਕੇ ਕਿਸੇ ਭਰਾ ਨੂੰ ਪਸੰਦ ਆਵੇ ਲਾਲੇ ਦੀ ਜਾਨ ਇਨਸਾਨ ਕਰਾਂ ਦੇ ਖੜਾ ਕੀ ਲੇਕਿਨ ਇੱਕ ਗੱਲ ਤੁਹਾਨੂੰ ਪੁੱਛਾਂਗੇ ਜੀ ਵੀ ਮੱਝ ਸਾਡੀ ਜਿਹੜੀ ਹਾਜ਼ਰ ਮੌਕਿਆ ਇਸ ਟਾਈਮ ਹੈ ਜੋ ਹਾਲਾਤ ਚੱਲਦੇ ਨੇ ਤੇ ਉਹਦੇ ਮੁਤਾਬਕ ਜੋ ਮੌਸਮ ਹੈ ਜਾਂ ਜੋ ਬਾਹਰ ਦੇ ਮੁੱਲ ਚੱਲ ਰਹੇ ਨੇ ਜੀ ਮੱਝ ਦਾ ਜੇ 5.5 ਲੱਖ ਰੁਪਇਆ ਮੁੱਲ ਆਖੀਏ ਤੇ ਚੋਖਾ ਤੇ ਨਹੀਂ ਹੈ ਜਾਇਜ਼ ਨਹੀਂ ਹੈ ਨਹੀਂ ਨਾ ਪਛਾਂਦੀ ਅਸਾਂ ਨਹੀਂ ਲਗੇ ਲਾਣ 5.5 ਵੀ ਲੇਕਿਨ ਮੱਝ ਦਾ ਮੁੱਲ ਜ਼ਿਆਦਾ ਨਹੀਂ ਠੀਕ ਹੋ ਗਿਆ ਅਸਾਂ ਭਾਈ ਸ਼ਾਨ ਲਾਣ ਮੱਝ ਦਾ ਮੁੱਲ ਪੂਰਾ 5 ਵੀ ਨਹੀਂ ਲਗੇ ਆ ਮੱਝ 5.5 ਲੱਖ ਦੀ ਹਾਜ਼ਰ ਹੈ ਜੀ ਠੀਕ ਹੋ ਮਲਿਕ ਸਾਹਿਬ ਜੀ ਕਿੰਨੇ ਦੀ ਝੋਟੀ ਦੇ ਜਿਹੜੇ ਭਰਾ ਨੂੰ ਚੰਗੀ ਲੱਗੀ ਨਾ ਜੀ ਮੁੱਲ ਸਾਰੇ ਛੱਡ ਕੇ 4,75,000 ਚਵਾਈ ਜਿਹੜਾ ਹੈ ਨਾ ਇਸ ਝੋਟੀ ਦੀ ਜਨਾਬ ਕਰਨੀ ਹੈ ਕਿਉਂਕਿ ਦੋ ਚਵਾਈਆਂ ਇਸ ਝੋਟੀ ਦੀ ਕੀਤੀਆਂ ਛੱਡ ਦੇ ਉਹਨੂੰ ਜਿਹੜਾ ਹੈ ਨਾ ਅੱਗੇ ਲਿਆਓ ਜਨਾਬ ਤੁਸੀਂ ਖੋਲ ਕੇ ਜ਼ੈਨੀ ਬਹੁ ਜਿਹੜਾ ਹੈ ਨਾ ਝੋਟੀ ਨੰਬਰ 2 ਜਿਹੜੀ ਇਹ ਲਾਣੀ ਹੈ ਨੰਬਰ 2 ਦੇ ਜਨਾਬ ਖੋਲੋ ਤੇ ਅੱਗੇ ਫਿਰ 3 ਨੰਬਰ ਤੇ ਮਲਿਕ ਸਾਹਿਬ ਆਈ ਡੀ ਵੀਡੀਓ ਜੇ ਪੈ ਲੈਣਾ ਜੀ ਕਈਆਂ ਦੋ ਨੇ ਭਾਈ ਸ਼ਾਨ ਇਹ ਜਿਹੜੀ ਮੱਝ ਆ ਗਈ ਨਾ ਸਾਹਮਣੇ ਜੀ ਝੋਟੀ ਠੀਕ ਹੈ ਇਹ ਵੀ ਪਹਿਲਣੇ ਲੋ ਜੀ ਪਹਿਲਣੇ ਮਾਸ਼ਾਅੱਲਾ ਜਨਾਬ ਜਨਾਬ ਪੂਰੇ ਕਰਨੇ ਨੇ ਪਹਿਲਣ ਝੋਟੀ ਹੋ ਕੇ ਨਸਾਂ ਤੋਂ ਲੈ ਕੇ ਪੈਰਾਂ ਦੀਆਂ ਖਰਣੀਆਂ ਤੱਕ ਔਰ ਪੂਛਲ ਦੇ ਆਖਰੀ ਵਾਲ ਤੱਕ ਇੱਕ ਇੱਕ ਅਜ਼ਾ ਜਿਹੜਾ ਨਾ ਇਹ ਝੋਟੀ ਦਾ ਭਰਾਵਾਂ ਨੇ ਜਨਾਬ ਵੇਲਣਾ ਨਜਾ ਕੇ ਅਗਲੀ ਗੱਲ ਜਨਾਬ ਨਸੀਬਾਂ ਦੀ ਹੈ ਛੋਟੀ ਛੋਟੀ ਜਿਹੜਾ ਨਾ ਇਹ ਝੋਟੀ ਨੂੰ ਸਿੰਗੀ ਲੱਗੀ ਹੈ ਤੇ ਮਲਿਕ ਸਾਹਿਬ ਇਹਦੇ ਮਗਰ ਵੀ ਕੱਟੀ ਹੈ ਮਾਸ਼ਾਅੱਲਾ ਜਨਾਬ ਦੋ ਨੇ ਪਹਿਲਣ ਝੋਟੀ ਹੈ ਔਰ ਫਿਰ ਮਲਿਕ ਸਾਹਿਬ ਝੋਟੀ ਦੀ ਨਸਲ ਅਗਲੀ ਸਾਈਡ ਤੋਂ ਨੀਵੀ ਹੈ ਔਰ ਪਿਛਲੀ ਸਾਈਡ ਤੋਂ ਹੱਟੀ ਜਿਹੜਾ ਨਾ ਇਹ ਝੋਟੀ ਵੇਖਣੀ ਹੈ ਕਿ ਕਿੰਨੀ ਉੱਚੀ ਹੈ ਮਾਸ਼ਾਅੱਲਾ
ਨਜ਼ਾਰਾ ਦੇਖਣਾ ਲੇਕਿਨ ਇਹ ਹੈ ਵੀ ਘੱਡੀ ਜੀ ਬਿਲਕੁਲ ਬਿਲਕੁਲ ਜਨਾਬ ਬਾਕੀ ਰਹੀ ਗੱਲ ਅਗਲੀ ਗੱਲ ਲੈਣੀ ਚਾਹੀਦੀ ਗੱਲ ਹੈ ਨਸੀਬ ਦੀ ਜੀ ਮਲਕ ਸਾਹਿਬ ਠੀਕ ਹੈ ਜਿਹੜੇ ਭਰਾ ਨੇ ਮੱਝ ਨੂੰ ਭਾਈ ਹੱਥ ਰੱਖ ਲਿਆ ਨਾ ਠੀਕ ਹੈ ਸਾਰੀ ਜ਼ਿੰਦਗੀ ਮੱਝ ਘਰੋਂ ਨਹੀਂ ਕੱਢਣ ਲੱਗਾ ਪਹਿਲਣ ਝੋਟੀ ਨੂੰ ਮਾਸ਼ਾਅੱਲਾ ਜਨਾਬ ਇਸ ਤਰ੍ਹਾਂ ਦੀ ਝੋਟੀ ਹੈ ਤਾਂ ਫਿਰ ਮਲਕ ਸਾਹਿਬ ਦੀ ਗ੍ਰੇਟ ਹੈ ਜਿਹੜਾ ਝੋਟੀ ਨੂੰ ਖਾਣ ਲੱਗੇ ਆ ਨਾ ਇਹ ਵਿਰਲੀਆਂ ਝੋਟੀਆਂ ਜਿਹੜੀਆਂ ਨੇ ਨਾ निशान होगा झोटी नी झोटी की चंगी होगी पुठा चंगा होगा बूथी तू माशाला जरा गर्दन तू है ना झोटी भरी के लबास का रंग बना माशाला जनाब झोटी का चेक करना सुरा और एक ही चुवाई इस झोटी की की है दूसरी चुवाई जेड़ा है ना इस झोटी की करनी है तो फिर मलक साहब वीडियो चलाने वाली नहीं है ठीक है लेकिन चलो वफा सड़ी है ना भरावान नु जी जेड़े भरा नु चंगी लगी लैम भरावा जानी है जी बिल्कुल माशाला जनाब और फिर मलक साहब कल भी है ना खाने लगे माशाला जनाब कल भी थान जेड़ा है ना इस झोटी नु लगी है तो मलक साहब लेकिन मलक साहब दी ग्रेट अज भी जिहड़े भरा परखण आले ने ना उन्हें जनाब दूजी गल नहीं करनी उन्हें बिस्मिल्ला पढ़ के जेड़ा है ना ਇਹ ਝੋਟੀ ਲੈ ਜਾਣੀ ਹੈ ਤੁਸੀਂ ਨਾ ਰੱਖੋ ਮੰਗਣੀ ਉਸੇ ਭਰਾ ਨੇ ਜਿਹਨੂੰ ਜਿਸ ਭਰਾ ਨੇ ਪਰਖ ਲੈਣਾ ਠੀਕ ਹੋ ਗਿਆ ਜਨਾਬ ਲੋ ਜੀ ਮਲਕ ਸਾਹਿਬ ਨਾ ਰੱਖੋ ਜਨਾਬ ਕਿੰਨੇ ਦੀ ਝੋਟੀ ਦੇ ਸੈਣੀ ਹੈ ਭਾਈ ਸ਼ਾਨ ਨਾ ਰੱਖਣ ਦੇ ਤੇ ਦਿਲ ਨਹੀਂ ਕਰਦਾ ਜਿਹੜੀ ਗੱਲ ਚੈਨ ਬਣੇ ਠੀਕ ਹੈ ਤੇ ਜਿਸ ਤਰ੍ਹਾਂ ਦੀ ਮਾਝੀ ਉਹ ਵਾਲੀ ਚੀਜ਼ ਨਹੀਂ ਜੀ ਠੀਕ ਹੈ ਤੇ ਦਿਲ ਇਹ ਆ ਵੀ ਨੂੰ ਸਾਹਮਣੇ ਤੇ ਫੇਰ ਇਹਦਾ ਨਾ ਰੱਖਦੇ ਨਾ ਤੇ ਮਲਕ ਸਾਹਿਬ ਰੱਖਣਾ ਔਰ ਨਾ ਵੀ ਇੰਜ ਦਾ ਰੱਖਣਾ ਕਿ ਜਿਹੜਾ ਕੋ ਭਰਾ ਦੂਜੀ ਗੱਲ ਨਾ ਕਰੇ ਇੱਕ ਹੀ ਗੱਲ ਹੋਵੇ ਕਿ ਇਹਨੂੰ ਲੋਡ ਕਰਾ ਕੇ ਨਾ ਫਲਾਣੇ ਜਗ੍ਹਾ ਤੇ ਫਲਾਣੇ ਫਾਰਮ ਤੇ ਜਿਹੜਾ ਇਹਨਾਂ ਨੂੰ ਭੇਜ ਦਿਓ ਮਲਕ ਸਾਹਿਬ ਕਿੰਨੇ ਦੀ ਝੋਟੀ ਦੇ ਸ਼ਾਨ ਪੱਕੀ ਜੀ ਗੱਲ ਹੋਵੇ ਜੀ ਇਸੇ ਵੀਡੀਓ ਦੀ ਜੀ ਜਿਹੜੇ ਭਰਾ ਨੂੰ ਚੰਗੀ ਲੱਗੀ ਨਾ ਠੀਕ ਹੈ ਠੀਕ ਹੈ 3,95,000 ਦਾ ਆਲੀ ਝੋਟੀ ਤੇ ਸਣਾ ਤੇ ਲੇਕਿਨ ਇਹਦਾ 95,000 ਨਾਲ ਕੋਈ ਕੰਮ ਨਹੀਂ ਨਾ ਹੀ 3-4 lakh ਵਾਲੀ ਆਏ ਯਾ ਰਾਜ਼ੀਆਂ ਤੇਰੇ ਤੋਂ ਵਾਣ ਵਾਲਿਆ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 3,95,000 ਔਰ ਇੱਥੇ ਝੋਟੀ ਚੈੱਕ ਕਰਨੀ ਕਿ ਅਗਲੀ ਸਾਈਡ ਤੇ ਗਰਦਨ ਤੋਂ ਜਿਹੜਾ ਹੈ ਨਾ ਭਾਈ ਸ਼ਾਨ ਸਾਰੀ ਝੋਟੀ ਨੂੰ ਇੱਕ ਇੱਕ ਵਾਲ ਇਹਦਾ ਪੇ ਤੱਕਣ ਪੇ ਚੈੱਕ ਕਰਨ ਭਰਾ ਜਿਹਦੇ ਦੇ ਨਮੋਲ ਤੋਹਫੇ ਨੇ ਜਿਹੜੇ ਕੋਈ ਰੋਜ਼ ਦੀ ਮਾਸ਼ਾਅੱਲਾ ਜਨਾਬ ਘੱਟ ਜਿਹੜਾ ਹੈ ਨਾ ਇਹ ਝੋਟੀਆਂ ਲੱਭਦੀਆਂ ਨੇ ਫਿਰ ਦੂਸਰੀ ਚੁਆਈ ਤੇ ਝੋਟੀ ਦਾ ਮਾਸ਼ਾਅੱਲਾ ਲਿਬਾਸ ਭਰਾਵਾਂ ਨੇ ਜਨਾਬ ਆਪ ਚੈੱਕ ਕਰਨ ਲੋ ਜੀ 3,00,000 ਔਰ 95,000 ਰੁਪਇਆ ਜਿਹੜਾ ਜੇ ਨਾ ਇਸ ਝੋਟੀ ਦੀ ਜਨਾਬ ਡਿਮਾਂਡ ਜੇ ਔਰ ਆਏ ਬੰਦੇ ਦੀ ਕਦਰ ਪਿਆਰ ਮੁਹੱਬਤ ਜਿਹੜਾ ਜੇ ਨਾ ਉਹ ਜ਼ਰੂਰ ਹੋਵੇ ਕਿ ਤੇ ਕਿਤੇ ਉਹ ਜਿਹੜੇ ਬਹੁ ਜਿਹੜਾ ਨੇ ਕੋਲ ਕੇ ਬਹੁ ਜੀ ਨੰਬਰ 3 ਔਰ ਇਹ ਝੋਟੀ ਜਨਾਬ ਕਿਉਂਕਿ 3 ਹੀ ਝੋਟੀਆਂ ਜਿਹੜਾ ਨਾ ਅੱਜ ਦੀ ਵੀਡੀਓ ਦੇ ਵਿੱਚ ਲੱਗਣੀਆਂ ਨੇ ਮਲਕ ਸਾਹਿਬ ਪਹਿਲਣੇ ਨਾ ਝੋਟੀ ਭਾਈ ਸ਼ਾਨ ਝੋਟੀ ਪਹਿਲਣੇ ਲੇਕਿਨ ਅੱਜ ਝੋਟੀ ਦੇ ਨਾਲ ਤੁਹਾਨੂੰ ਖਲਾਣ ਲੈ ਜੀ ਫਿਰ ਇੱਥੇ ਖਲੋਣ ਦੇ ਗੱਲ ਇੱਥੇ ਖਲੋਣ ਦੇ ਜਿਹੜਾ ਨਾ ਪਹਿਲਾਂ ਇੱਥੇ ਵੇਲ ਇੱਕ ਵਾਰੀ ਝੋਟੀ ਦੀ ਜਿਹੜੀ ਹੈ ਨਾ ਇਹ ਵਹਾਣ ਦੇ ਲੋ ਜੀ ਜਿੰਨੇ ਵੀ ਭਰਾ ਜਨਾਬ ਰਿਕੁਐਸਟ ਕਰਦੇ ਨੇ ਜਾਂ ਡਿਮਾਂਡ ਕਰਦੇ ਨੇ ਕਿ ਵੱਡੇ ਘਰ ਵਾਲੀ ਜਿਹੜਾ ਹੈ ਨਾ ਇਹ ਝੋਟੀ ਚਾਹੀਦੀ ਤੇ ਪਹਿਲਣ ਝੋਟੀ ਤੇ ਮਾਸ਼ਾਅੱਲਾ ਜਨਾਬ ਹਾਈਟ ਸਾਲਤਾਂ ਸ਼ਰਾਫਤਾਂ ਹੁਸਨ ਨਸਲ ਮਾਸ਼ਾਅੱਲਾ ਜਨਾਬ ਭਾਈ ਜੀ ਸ਼ਾਨ ਏਡੇ ਕਾਤਲ ਵਾਲ ਜਿਹੜੇ ਨੇ ਨਾ ਉਹ ਸਾਰੀਆਂ ਮੱਝਾਂ ਦੇ ਨਹੀਂ ਹੁੰਦੇ ਮਾਸ਼ਾਅੱਲਾ ਜਨਾਬ ਪਹਿਲਣਾ ਝੋਟੀਆਂ ਸਾਰੀਆਂ ਏਡੇ ਕਾਤ ਨਹੀਂ ਲੰਨੀਆਂ ਮਾਸ਼ਾਅੱਲਾ ਜਨਾਬ ਜੀ ਸੂਈ ਏ ਅੱਜ ਨੂੰ ਵੀ ਦੂਸਰੇ ਦਿਹਾੜਾ ਇਹਦਾ ਬੱਚਾ ਤਾਂ ਸਭ ਉਸਲ ਕਿਹੜਾ ਕੀ ਬਾਤ ਹੈ ਮਾਸ਼ਾਅੱਲਾ ਜਨਾਬ ਪਹਿਲਣ ਝੋਟੀ ਦੀ ਜਿਹੜਾ ਹੈ ਨਾ ਔਰ ਫਿਰ ਅੱਖਾਂ ਦੋਵੇਂ ਕੁਝ ਹੀ ਆ ਮੱਥੇ ਦੇ ਜਨਾਬ ਝੋਟੀ ਦੇ ਫੁੱਲੀ ਏ
और फिर मलिक साहब एक गिठ जेड़ा ने झोटी दी पूरती है माशाल्लाह जनाब एक गिठ मारी है ना और झोटी दी पूरती जेड़ी है ना खत्म हो जांदी है इदे भी मगर कट्टा है ना जी ठीक हो गया लो जी इदे भी मगर जनाब बच्चा कट्टा और मलिक साहब ये झोटी मुंह चुके जे मुंह च भाई शान चार दांदे ठीक है पट के बखाने आ वेरी गुड जनाब लिबास जनाब बलाल तो के पहलन झोटी का माशाल्लाह और फिर कसे लिबास जेड़ा ना मलिक साहब किन्ने दिन की झोटी सोई है भाई शान जेड़ा ना झोटी नू अज दूसरे दिन ने लो जी पे जनाब झोटी वेखण वाली होवेगी और जैनुइन इस झोटी नूं जनाब सिंगी लगी है छोटी छोटी माशाल्लाह झोटी और मोड़ के जेड़ा है ना सिंगी जनाब झोटी ने मत्थे ते रखी है मलिक साहब हाजर की कबोला झोटी को लिया है भाई जिस भरा का दिल करता है ना जी आने के इस टाइम हाजर 12 किलो हूं भी बोला पूरा कर ले ठीक है जी फिर लैके जाए लो जी 12 लीटर जनाब हाजर मुक्या दो दिन की सुई को झोटी पहनने को और मुंह चो चोगे भाई जी शान जे ते को भरा गया ना लै ठीक है ओदे नसीब जी मज रही साडे कोले बार ठीक है अगले बार झोटी वखान दे ते नाल दसांदे वी कि ओही झोटी है जेड़ी पिछली वीडियो च तीसरे नंबर लो जी फिर मलिक साहब अल्लाह दे फजल ने फजल ना जनाब एक कम होना है 10 मिनट वाला जी त्रै झोटियां ने ते 10 मिनट दे अंदर अंदर जेड़ा है ना अल्लाह दे फजल ना जनाब जेड़े जेड़े भरा नु पसंद आवणियां ने ना ਉਹਨਾਂ ਜਨਾਬ ਝੋਟੀਆਂ ਖਰੀਦ ਲੈਣੀਆਂ ਨੇ ਤੇ ਅੱਜ ਵਾਲੀ ਵੀਡੀਓ 'ਚ ਮਲਿਕ ਸਾਹਿਬ ਝੋਟੀ ਨੰਬਰ ਜਿਹੜੀ 3 ਔਰ ਆਖਰੀ ਮੁੱਲ ਲਾਉਣ ਵਾਲੀ ਕਿੰਨੇ ਦੀ ਜਨਾਬ ਨੇ ਝੋਟੀ ਦੇ ਸੜਨੀ ਹੈ ਭਾਈ ਸ਼ਾਨ ਪਤਾ ਕੀ ਹੈ ਜੀ ਇਹਦਾ ਮੁੱਲ ਤੇ ਨਾ ਹੀ 5 ਲੱਖ ਹੈ ਨਾ ਹੀ 6 ਲੱਖ ਹੈ ਇਹ ਬੇਕੀਮਤੀ ਜੀ ਝੋਟੀ ਮੁੱਲ ਨਾ ਤਾਂ ਲੱਗ ਨਹੀਂ ਠੀਕ ਹੈ ਇਹ ਦੇਣਾ ਗਿਫਟ ਜੀ ਠੀਕ ਹੈ झोटी नु भरावा ने तसल्ली नाल वेख लेना ठीक है करा दे खड़ाक जी दसा दे जाच इंशाल्लाह जनाब अल्लाह दी मेहरबानी नाल मुल्ला नु मुल्ल आ जदे ते इंज दी मजा जी अपना सुरखियां चैनल दी रिंगत बन सकदी है ना ते वाण शरीफ पिंड वाण शरीफ पिंड वाण शरीफ मलिक साहब किन्ने ने जिला गुजरात जी पिंड वाण शरीफ ओ वाण शरीफ वी जेड़ा पूरे पाकिस्तान दे विच इक्को ही नाम है इक ही मुए हजरत काजी सुल्तान महमूद रहमतुल्लाह लाया वानी बादशाह सरकार ने इस पिंड का नाम रखे है जी बिल्कुल कोई इस पिंड का नाम पूरे पाकिस्तान की इक्की वाण शरीफ और उन्हां दे कदमां च डेरा पूरे पाकिस्तान दी पूरी दुनिया दे वाण शरीफ है जेड़ा एक ही है एक ही है जनाब ਮਲਿਕ ਸਾਹਿਬ ਦੀ ਗ੍ਰੇਡ ਕਿੰਨੇ ਦੀ ਜਨਾਬ ਨੇ ਝੋਟੀ ਦੇ ਸੜਨੀ ਭਾਈ ਜੀ ਸ਼ਾਨ ਨੇ ਝੋਟੀ ਜਿਹੜੀ ਹੈ ਮੇਰੀ ਇਸ ਵੇਲੇ ਕਿੰਨਿਆਂ ਪੈਸਿਆਂ ਦੀ ਇਹ ਮਲਿਕ ਸਾਹਿਬ ਬੇਕੀਮਤੀ ਹੈ ਠੀਕ ਹੈ ਇਹਦਾ ਮੁੱਲ ਨਾ ਤਲਕ ਨਹੀਂ ਲੇਕਿਨ ਕਰਨਾ ਖੜਾ ਕੇ ਕਿੰਨੇ ਦੀ ਝੋਟੀ ਦੇ ਠੀਕ ਹੋ ਗਿਆ ਜਨਾਬ ਮਲਿਕ ਸਾਹਿਬ ਕਿੰਨੇ ਦੀ ਝੋਟੀ ਦੇ ਸੜਨੀ ਝੋਟੀ ਜਨਾਬ ਜਿਸ ਭਰਾ ਨੂੰ ਚੰਗੀ ਲੱਗੀ ਨਾ ਜੀ ਕੋਈ ਮੁੱਲ ਛੁੱਲ ਨਹੀਂ ਦੇਣੇ ਕੋਈ ਲੰਮਾ ਕੰਮ ਨਹੀਂ ਕਰਨਾ ਠੀਕ ਹੈ ਠੀਕ ਹੈ ਜਿਹੜੇ ਭਰਾ ਨੇ ਚੰਗੀ ਲੱਗੀ ਝੋਟੀ ਦੇ ਸਲਾਂ ਦੇ 4,50,000 ਜਾ ਰਾਜ਼ੀ ਆ ਤੇਰੇ ਤੋਂ ਵਾਣ ਵਾਲਿਆ ਜਿਸ ਭਰਾ ਨੂੰ ਪਸੰਦ ਆਵੇ ਲੋ ਜੀ 4,20,050,000 ਰੁਪਏ ਦੀ ਜਨਾਬ ਝੋਟੀਆਂ ਤੇ ਅੱਗੇ ਫਿਰ ਕਾਲਾ ਬ੍ਰਾਂਡ ਜਨਾਬ ਪਹਿਲਣ ਤੇ ਦੂਜਣ ਇਹ ਝੋਟੀਆਂ ਦਾ ਫਿਰ ਜੋੜਾ ਜਨਾਬ ਭਰਾਵਾਂ ਦੇ ਸਾਹਮਣੇ ਆ ਗਿਆ ਝੋਟੀਆਂ ਜਨਾਬ ਤਿੰਨੇ ਵਹਾਕੜੀਆਂ ਨੇ ਤਰੋਂ ਝੋਟੀਆਂ ਦਾ ਜਿਹੜਾ ਮੁੱਲ ਜੇ ਨਾ ਇਹ ਲਾਸਟ ਦੇ ਨੰਬਰ ਨੋਟ ਕਰਨਾ 0300-620-9682 ਵਟਸਐਪ ਈਮੋ ਦੇ ਕਾਲ ਇੱਕ ਹੀ ਨੰਬਰ ਇਹਦੇ ਤੇ ਰਾਬਤਾ ਕਰਕੇ ਆਪਣਾ ਸੌਦਾ ਜਿਹੜਾ ਨਾ ਇਹ ਪੈਨ ਕਰ ਲੈਣਾ ਤੇ ਬਾਕੀ ਅੱਲਾਹ ਪਾਕ ਰੱਖੇ ਹੈਰ ਇਸੇ ਵੀਡੀਓ ਦੇ ਨਾਲ ਜਨਾਬ ਜਾਦਾ ਚਾਹਾਂਗੇ ਇਨਸ਼ਾਅੱਲਾ ਅਗਲੇ ਵੀਡੀਓ ਦੇ ਨਾਲ ਫੇਰ ਹਾਜ਼ਰ ਹੋਵਾਂਗੇ ਮਲਿਕ ਸਾਹਿਬ ਨਾਰਾ ਮਾਰਨਾ ਜਨਾਬ ਪਾਕਿਸਤਾਨ ਜ਼ਿੰਦਾਬਾਦ ਪਾਕ ਫੌਜ ਜ਼ਿੰਦਾਬਾਦ ਨਾਰਾ ਹੈਦਰੀ ਯਾ ਇਲੀ